ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ PCR ਨੂੰ ਹੋਰ ਸਟਰੈਂਥਨ ਕਰ ਰਹੇ ਹਾਂ ਅਤੇ ਜਿਹਦੇ ਵਿੱਚ ਵਰਧਮਾਨ ਗਰੁੱਪ ਨੇ ਸਾਡਾ ਬੜਾ ਪੁਲਿਸ ਦਾ ਸਹਿਯੋਗ ਦਿੱਤਾ। ਉਹਨਾਂ ਨੇ ਆਪਣੇ ਗਰੁੱਪ ਵੱਲੋਂ ਸਾਨੂੰ 5 ਮੋਟਰਸਾਈਕਲ ਦਿੱਤੇ ਹੈ ਤਾਂ ਕਿ ਸ਼ਹਿਰ ਦੇ ਵਿੱਚ ਵਧੀਆ ਤਰੀਕੇ ਨਾਲ ਲੋਕ ਰਹਿ ਸਕਣ, ਕੋਈ ਮਾੜੇ ਬੰਦੇ ਹੈ ਉਹਨਾਂ ਦੇ ਚੰਗੀ ਹੋਰ ਨਿਗਰਾਨੀ ਰਹਿ ਸਕੇ। ਸੋ ਇਹ 5 ਮੋਟਰਸਾਈਕਲ ਅਸੀਂ ਹੋਰ ਐਡ ਕੀਤੇ ਨਵੇਂ, ਜਿਹਦੇ ਨਾਲ ਰਾਤ ਦੀ ਪੈਟਰੋਲਿੰਗ 'ਚ ਵਿੱਚ ਹੋਰ ਵਧੀਆ ਵਾਧਾ ਹੋਏਗਾ। ਕੀ ਸਰ ਇੰਨੇ ਨਾਲ ਜਿਹੜੀ ਸਰ ਸਕਦਾ ਜਿਸ ਹਿਸਾਬ ਨਾਲ ਜਾਂਦੀ, ਕਿਉਂਕਿ ਅਹਿਮਦਗੜ੍ਹ ਵੀ ਆ, ਅਮਰਗੜ੍ਹ ਵੀ ਆ। ਅਸੀਂ ਇਹਦੇ ਵਿੱਚ ਪਹਿਲੇ 5 ਮੋਟਰਸਾਈਕਲ ਦੀ ਸਟਰੈਂਥਨਿੰਗ ਕੀਤੀ ਹੈ ਮਲੇਰਕੋਟਲਾ ਸਿਟੀ ਦੇ ਵਿੱਚ, ਇੱਕ ਇੱਕ ਮੋਟਰਸਾਈਕਲ ਸਦਰ ਅਹਿਮਦਗੜ੍ਹ ਆਪਣੇ ਅਹਿਮਦਗੜ੍ਹ ਦੇ ਏਰੀਏ ਦੇ ਵਿੱਚ ਅਤੇ ਅਮਰਗੜ੍ਹ ਦੇ ਏਰੀਏ ਦੇ ਵਿੱਚ ਅਸੀਂ ਨਾਲ ਦੇ ਰਹੇ ਉੱਥੇ। ਕਿੰਨਾ ਕੁ ਫਾਇਦਾ ਹੋਊ ਸਰ? ਉਹਦੇ ਨਾਲ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਆਉਂਦੀ ਹੈ, ਜਦੋਂ ਰਾਤੀ PCR ਬਾਈਕਸ ਘੁੰਮਦੇ ਆ, ਸਕੂਟਰ ਵੱਜਦੇ ਆ, ਆਮ ਬੰਦਾ ਥੋੜ੍ਹਾ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ ਅਤੇ ਮਾੜੇ ਅੰਸਰ ਡਰ ਕੇ ਰਹਿੰਦੇ ਆ ਵੀ ਪੁਲਿਸ ਦੀ ਮੂਵਮੈਂਟ ਵੱਧ ਹੈ, ਅਤੇ ਇਸ ਨਾਲ ਲੋਕਾਂ ਦਾ ਬੜਾ ਇੱਕ ਫਾਇਦਾ ਹੁੰਦਾ। ਇਹਨੂੰ ਹੁਣ ਅਸੀਂ PCR 1 2 3 4 5 ਜਿਹੜਾ ਹੈਗਾ ਉਹ ਅਸੀਂ ਸਿਟੀ ਦਾ ਕਰਤਾ, 6 7 ਅਸੀਂ ਅੱਗੇ ਕਰਤਾ। ਸੋ ਇਹਨੂੰ ਅਸੀਂ ਨੰਬਰਿੰਗ ਦਿੱਤੀ, ਤੁਸੀਂ ਦੇਖਿਆ ਹੋਣਾ ਸਾਰੇ ਨਵੇਂ ਮੋਟਰਸਾਈਕਲਾਂ ਨੂੰ ਵੀ ਅਸੀਂ ਨੰਬਰਿੰਗ ਦਿੱਤੀ ਹੈ, ਅਤੇ ਤਾਂ ਕਿ ਵਧੀਆ ਤਰੀਕੇ ਨਾਲ ਇੱਕ ਨਵੀਂ ਚੀਜ਼ ਸ਼ੁਰੂ ਕੀਤੀ। ਇਹ ਸੰਪਰਕ ਜਿਹੜਾ ਹੈਗਾ 112 ਦੇ ਨਾਲ ਹੀ ਲਿੰਕਡ ਰਹਿਣਗੇ, ਅਤੇ ਜਿਹੜਾ ਵੀ ਕੋਈ ਵੀ ਅੱਜ ਕੱਲ੍ਹ ਲਾਅ ਐਂਡ ਆਰਡਰ ਦਾ ਨੰਬਰ ਤੁਹਾਨੂੰ ਪਤਾ ਸਾਰਿਆਂ ਦਾ 112 'ਤੇ ਹੈ, ਅਤੇ ਉਹ ਕਾਲ ਵੀ ਤੁਹਾਨੂੰ ਜਾਊਗੀ। ਤਿਉਹਾਰਾਂ ਦਾ ਮੱਦੇਨਜ਼ਰ ਰੱਖ ਕੇ ਸਾਨੂੰ ਹੋਰ ਫੋਰਸ ਮਿਲ ਰਹੀ ਹੈ, ਹੁਣੇ ਉਸੇ ਚੀਜ਼ ਦੀ DG ਲਾਅ ਐਂਡ ਆਰਡਰ ਦੀ ਮੀਟਿੰਗ ਹੋ ਗਈ ਹਟੀ ਹੈ ਤਾਂ ਕਿ ਵਧੀਆ ਤਰੀਕੇ ਨਾਲ ਸੁੱਖ ਸ਼ਾਂਤੀ ਨਾਲ ਤਿਉਹਾਰ ਮਨਾਏ ਜਾਣ। ਮਲੇਰਕੋਟਲੇ ਦੇ ਲੋਕ ਬੜੇ ਵਧੀਆ ਲੋਕ ਹੈ, ਸ਼ਾਂਤੀ ਨੂੰ ਪਸੰਦ ਕਰਦੇ ਹੈ, ਆਪਸ ਭਾਈਚਾਰੇ ਨਾਲ ਰਹਿੰਦੇ ਹੈ, ਅਤੇ ਸਾਨੂੰ ਵੀ ਉਹ ਚੀਜ਼ ਦੀ ਬੜੀ ਅੱਛੀ ਲੱਗਦੀ ਹੈ। ਹੁਣ ਜਿਵੇਂ ਪਿੱਛੇ ਜੇ ਅਸੀਂ ਕੈਮਰੇ ਸੀਗੇ ਉਹ ਸਾਰੇ 157 ਕੈਮਰੇ ਸਾਰੇ ਔਨ ਕਰਾਤੇ ਹੈ, ਅਤੇ ਅੱਗੇ ਅਸੀਂ ਹੋਰ ਕੈਮਰੇ ਐਡੀਸ਼ਨ ਕਰਾ ਰਹੇ ਹਾਂ, ਉਹ ਤੁਹਾਨੂੰ ਨਾਲ ਨਾਲ ਅਸੀਂ ਦੱਸੀ ਜਾਵਾਂਗੇ ਜਦੋਂ ਉਹਦੀ ਵੀ ਇਨੋਗਰੇਸ਼ਨ ਹੋਊਗੀ। ਅਤੇ ਛੋਟੀ ਛੋਟੀ ਚੀਜ਼ਾਂ ਨਾਲ ਹੀ ਲੋਕ ਅੱਛਾ ਮਹਿਸੂਸ ਕਰਦੇ ਹੈ। ਡਿਪਾਰਟਮੈਂਟ ਦੀ ਜੋ ਵੀ ਰਿਕੁਆਇਰਮੈਂਟ ਸੀ ਉਹਨੂੰ ਸਮਝਦੇ ਹੋਏ ਸਾਡੇ ਗਰੁੱਪ ਨੇ ਅੰਡਰ CSR ਦੇ ਵਿੱਚ ਆ ਪ੍ਰੋਜੈਕਟ ਦੇ ਵਿੱਚ 5 ਬਾਈਕ ਦਿੱਤੇ ਹੈ। ਅਸੀਂ ਉਮੀਦ ਕਰਦੇ ਹਾਂ ਇਹਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਮਦਦ ਮਿਲੂਗੀ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵਰਧਮਾਨ ਗਰੁੱਪ ਦੀ ਹਰੀਅਨ ਸਪਿਨਿੰਗ ਮਿਲ ਹਮੇਸ਼ਾ ਜ਼ਿਲ੍ਹੇ ਦੇ ਨਾਲ ਖੜੀ ਹੈ, ਸੁੱਖ ਦੁੱਖ ਹਰ ਚੀਜ਼ਾਂ 'ਚ ਜੀ। ਧੰਨਵਾਦ ਜੀ। ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ PCR ਨੂੰ ਹੋਰ ਸਟਰੈਂਥਨ ਕਰ ਰਹੇ ਹਾਂ, ਅਤੇ ਜਿਹਦੇ ਵਿੱਚ ਵਰਧਮਾਨ ਗਰੁੱਪ ਨੇ ਸਾਡਾ ਬੜਾ ਪੁਲਿਸ ਦਾ ਸਹਿਯੋਗ ਦਿੱਤਾ। ਉਹਨਾਂ ਨੇ ਆਪਣੇ ਗਰੁੱਪ ਵੱਲੋਂ ਸਾਨੂੰ 5 ਮੋਟਰਸਾਈਕਲ ਦਿੱਤੇ ਹੈ ਤਾਂ ਕਿ ਸ਼ਹਿਰ ਦੇ ਵਿੱਚ ਵਧੀਆ ਤਰੀਕੇ ਨਾਲ ਲੋਕ ਰਹਿ ਸਕਣ, ਕੋਈ ਮਾੜੇ ਬੰਦੇ ਹੈ ਉਹਨਾਂ ਦੇ ਚੰਗੀ ਹੋਰ ਨਿਗਰਾਨੀ ਰਹਿ ਸਕੇ। ਸੋ ਇਹ 5 ਮੋਟਰਸਾਈਕਲ ਅਸੀਂ ਹੋਰ ਐਡ ਕੀਤੇ ਨਵੇਂ, ਜਿਹਦੇ ਨਾਲ ਰਾਤ ਦੀ ਪੈਟਰੋਲਿੰਗ 'ਚ ਵਿੱਚ ਹੋਰ ਵਧੀਆ ਵਾਧਾ ਹੋਏਗਾ। ਕੀ ਸਰ ਇੰਨੇ ਨਾਲ ਜਿਹੜੀ ਸਰ ਸਕਦਾ ਜਿਸ ਹਿਸਾਬ ਨਾਲ ਜਾਂਦੀ, ਕਿਉਂਕਿ ਅਹਿਮਦਗੜ੍ਹ ਵੀ ਆ, ਅਮਰਗੜ੍ਹ? ਅਸੀਂ ਇਹਦੇ ਵਿੱਚ ਪਹਿਲੇ 5 ਮੋਟਰਸਾਈਕਲ ਦੀ ਸਟਰੈਂਥਨਿੰਗ ਕੀਤੀ ਹੈ ਮਲੇਰਕੋਟਲਾ ਸਿਟੀ ਦੇ ਵਿੱਚ, ਇੱਕ ਇੱਕ ਮੋਟਰਸਾਈਕਲ ਸਦਰ ਅਹਿਮਦਗੜ੍ਹ ਆਪਣੇ ਅਹਿਮਦਗੜ੍ਹ ਦੇ ਏਰੀਏ ਦੇ ਵਿੱਚ ਅਤੇ ਅਮਰਗੜ੍ਹ ਦੇ ਏਰੀਏ ਦੇ ਵਿੱਚ ਅਸੀਂ ਨਾਲ ਦੇ ਰਹੇ ਉੱਥੇ। ਕਿੰਨਾ ਕੁ ਫਾਇਦਾ ਹੋਊ ਸਰ? ਉਹਦੇ ਨਾਲ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਆਉਂਦੀ ਹੈ, ਜਦੋਂ ਰਾਤੀ PCR ਬਾਈਕਸ ਘੁੰਮਦੇ ਆ, ਸਕੂਟਰ ਵੱਜਦੇ ਆ, ਆਮ ਬੰਦਾ ਥੋੜ੍ਹਾ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ ਅਤੇ ਮਾੜੇ ਅੰਸਰ ਡਰ ਕੇ ਰਹਿੰਦੇ ਆ ਵੀ ਪੁਲਿਸ ਦੀ ਮੂਵਮੈਂਟ ਵੱਧ ਹੈ, ਅਤੇ ਇਸ ਨਾਲ ਲੋਕਾਂ ਦਾ ਬੜਾ ਇੱਕ ਫਾਇਦਾ ਹੁੰਦਾ। ਇਹਨੂੰ ਹੁਣ ਅਸੀਂ PCR 1 2 3 4 5 ਜਿਹੜਾ ਹੈਗਾ ਉਹ ਅਸੀਂ ਸਿਟੀ ਦਾ ਕਰਤਾ, 6 7 ਅਸੀਂ ਅੱਗੇ ਕਰਤਾ। ਸੋ ਇਹਨੂੰ ਅਸੀਂ ਨੰਬਰਿੰਗ ਦਿੱਤੀ, ਤੁਸੀਂ ਦੇਖਿਆ ਹੋਣਾ ਸਾਰੇ ਨਵੇਂ ਮੋਟਰਸਾਈਕਲਾਂ ਨੂੰ ਵੀ ਅਸੀਂ ਨੰਬਰਿੰਗ ਦਿੱਤੀ ਹੈ, ਅਤੇ ਤਾਂ ਕਿ ਵਧੀਆ ਤਰੀਕੇ ਨਾਲ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੈ। ਇਹ ਸੰਪਰਕ ਜਿਹੜਾ ਹੈਗਾ 112 ਦੇ ਨਾਲ ਹੀ ਲਿੰਕਡ ਰਹਿਣਗੇ, ਅਤੇ ਜਿਹੜਾ ਵੀ ਕੋਈ ਵੀ ਅੱਜ ਕੱਲ੍ਹ ਲਾਅ ਐਂਡ ਆਰਡਰ ਦਾ ਨੰਬਰ ਤੁਹਾਨੂੰ ਪਤਾ ਸਾਰਿਆਂ ਦਾ 112 'ਤੇ ਹੈ, ਅਤੇ ਉਹ ਕਾਲ ਵੀ ਤੁਹਾਨੂੰ ਜਾਊਗੀ। ਤਿਉਹਾਰਾਂ ਦਾ ਮੱਦੇਨਜ਼ਰ ਰੱਖ ਕੇ ਸਾਨੂੰ ਹੋਰ ਫੋਰਸ ਮਿਲ ਰਹੀ ਹੈ, ਹੁਣੇ ਉਸੇ ਚੀਜ਼ ਦੀ DG ਲਾਅ ਐਂਡ ਆਰਡਰ ਦੀ ਮੀਟਿੰਗ ਹੋ ਗਈ ਹਟੀ ਹੈ ਤਾਂ ਕਿ ਵਧੀਆ ਤਰੀਕੇ ਨਾਲ
ਸੁੱਖ ਸ਼ਾਂਤੀ ਨਾਲ ਤਿਉਹਾਰ ਮਨਾਏ ਜਾਣ। ਮਲੇਰਕੋਟਲੇ ਦੇ ਲੋਕ ਬੜੇ ਵਧੀਆ ਲੋਕ ਹੈ, ਸ਼ਾਂਤੀ ਨੂੰ ਪਸੰਦ ਕਰਦੇ ਹੈ, ਆਪਸ ਭਾਈਚਾਰੇ ਨਾਲ ਰਹਿੰਦੇ ਹੈ, ਅਤੇ ਸਾਨੂੰ ਵੀ ਉਹ ਚੀਜ਼ ਦੀ ਬੜੀ ਅੱਛੀ ਲੱਗਦੀ ਹੈ। ਹੁਣ ਜਿਵੇਂ ਪਿੱਛੇ ਜੇ ਅਸੀਂ ਕੈਮਰੇ ਸੀਗੇ ਉਹ ਸਾਰੇ 157 ਕੈਮਰੇ ਸਾਰੇ ਔਨ ਕਰਾਤੇ ਹੈ, ਅਤੇ ਅੱਗੇ ਅਸੀਂ ਹੋਰ ਕੈਮਰੇ ਐਡੀਸ਼ਨ ਕਰਾ ਰਹੇ ਹਾਂ, ਉਹ ਤੁਹਾਨੂੰ ਨਾਲ ਨਾਲ ਅਸੀਂ ਦੱਸੀ ਜਾਵਾਂਗੇ ਜਦੋਂ ਉਹਦੀ ਵੀ ਇਨੋਗਰੇਸ਼ਨ ਹੋਊਗੀ। ਅਤੇ ਛੋਟੀ ਛੋਟੀ ਚੀਜ਼ਾਂ ਨਾਲ ਹੀ ਲੋਕ ਅੱਛਾ ਮਹਿਸੂਸ ਕਰਦੇ। ਡਿਪਾਰਟਮੈਂਟ ਦੀ ਜੋ ਵੀ ਰਿਕੁਆਇਰਮੈਂਟ ਸੀ ਉਹਨੂੰ ਸਮਝਦੇ ਹੋਏ ਸਾਡੇ ਗਰੁੱਪ ਨੇ ਅੰਡਰ CSR ਦੇ ਵਿੱਚ ਆ ਪ੍ਰੋਜੈਕਟ ਦੇ ਵਿੱਚ 5 ਬਾਈਕ ਦਿੱਤੇ ਹੈ। ਅਸੀਂ ਉਮੀਦ ਕਰਦੇ ਹਾਂ ਇਹਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਮਦਦ ਮਿਲੂਗੀ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵਰਧਮਾਨ ਗਰੁੱਪ ਦੀ ਹਰੀਅਨ ਸਪਿਨਿੰਗ ਮਿਲ ਹਮੇਸ਼ਾ ਜ਼ਿਲ੍ਹੇ ਦੇ ਨਾਲ ਖੜੀ ਹੈ, ਸੁੱਖ ਦੁੱਖ ਹਰ ਚੀਜ਼ਾਂ 'ਚ ਜੀ। ਧੰਨਵਾਦ ਜੀ।